ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹ ਜਿਹੜਾ ਰਾਹੁਲ ਗਾਂਧੀ ਸਾਹਿਬ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਨਾ ਇਹ ਕੋਈ ਇਨਾਮ ਨਹੀਂ ਹੈ, ਇੱਕ ਇਮਤਿਹਾਨ ਹੈ। ਔਰ ਦੁਆਗੋ ਹੈ ਕਿ ਰਾਹੁਲ ਗਾਂਧੀ ਸਾਹਿਬ ਇਸ ਇਮਤਿਹਾਨ ਦੇ ਵਿੱਚ ਕਾਮਯਾਬ ਹੋਣ। ਕਿਸੇ ਉਰਦੂ ਦੇ ਕਵੀ ਨੇ ਲਿਖਿਆ ਕਿ ਇਮਤਿਹਾਨ ਕੀ ਘੜੀ ਆਨ ਪੜੀ ਹੈ ਤੋ ਕੋਈ ਫਿਕਰ ਨਹੀਂ, ਹਮਨੇ 100 ਬਾਰ ਜ਼ਮਾਨੇ ਕੇ ਭਰਮ ਕੋ ਤੋੜਾ ਹੈ। ਕਾਂਗਰਸ ਪਾਰਟੀ ਦਾ 125 ਸਾਲ ਦਾ ਇਤਿਹਾਸ ਹੈ। ਇੱਥੇ ਅੰਗਰੇਜ਼ ਵੀ ਔਰ ਬੜੇ ਕਿਸਮ ਦੇ ਲੋਕ ਆਏ ਔਰ ਬੜੇ ਭਰਮ ਜਿਹੜੇ ਹੈ ਕਾਂਗਰਸ ਪਾਰਟੀ ਨੇ ਤੋੜੇ ਹੈ। ਹਿੰਦੁਸਤਾਨ ਨੂੰ ਇੱਕ ਸੁਪਰ ਪਾਵਰ ਬਣਾਉਣਾ ਹੈ ਔਰ ਮੈਂ ਇਹ ਕੋਈ ਸਿਆਸੀ ਸ਼ੋਖਾਬਾਜ਼ੀ ਨਾ ਨਹੀਂ ਕਹਿ ਰਿਹਾ। ਕਾਂਗਰਸ ਪਾਰਟੀ ਸੱਚ ਦਾ ਝੂਠ ਦੇ ਨਾਲ ਕਦੇ ਸਮਝੌਤਾ ਨਾ ਕਰਨ ਦਾ ਨਾਂ ਹੈ। ਕਾਂਗਰਸ ਪਾਰਟੀ ਗਰੀਬ ਦੀ ਲੜਾਈ ਲੜ ਜਾਣ ਦਾ ਨਾਂ ਹੈ। ਕਾਂਗਰਸ ਪਾਰਟੀ ਮਜ਼ਲੂਮ ਲਈ ਡਟ ਜਾਣ ਦਾ ਨਾਂ ਹੈ। ਔਰ ਇਸ ਜਿਹੜਾ ਅੱਗੇ ਇਮਤਿਹਾਨ ਜਿਹੜਾ ਕਾਂਗਰਸ ਪਾਰਟੀ ਦਾ ਆਉਣਾ ਹੈ, ਹਿੰਦੁਸਤਾਨ ਦੇ ਲੋਕਾਂ ਦੇ ਵੀ ਅਸੀਂ ਦੁਆਵਾਂ ਦੇ ਤਲਬਗਾਰ ਹੈ। ਹਿੰਦੁਸਤਾਨ ਨੂੰ ਇੱਕ ਸੁਪਰ ਪਾਵਰ ਬਣਾਉਣਾ ਹੈ ਔਰ ਅਸੀਂ ਅੱਜ ਜਿਹੜੇ ਪੰਜਾਬ ਦੇ ਲੋਕ ਹੈ, ਅਸੀਂ ਅੱਜ ਕਾਂਗਰਸ ਦਫ਼ਤਰ ਦੇ ਵਿੱਚ ਇਹ ਅਜ਼ਮ ਕਰਕੇ ਚੱਲੇ ਹਾਂ ਕਿ ਅੱਜ ਤੋਂ ਬਾਅਦ ਜਿਹੜੀ ਰਾਜਨੀਤੀ ਕਰਨੀ ਹੈ ਉਹ ਰਾਹੁਲ ਗਾਂਧੀ ਦੇ ਹਵਾਲੇ ਨਾਲ ਕਰਨੀ ਹੈ। ਰਾਹੁਲ ਗਾਂਧੀ ਦੇ ਨਾਂ 'ਤੇ ਕਦੀ ਆਂਚ ਨਹੀਂ ਆਉਣ ਦੇਵਾਂਗੇ। ਔਰ ਇਹ ਵੀ ਅਜ਼ਮ ਕਰਕੇ ਚੱਲੇ ਹਾਂ ਕਿ ਅਸੀਂ ਆਪਣੇ ਦੇਸ਼ ਵਿੱਚੋਂ ਰਿਸ਼ਵਤ, ਗੁਰਬਤ, ਅਨਪੜ੍ਹਤਾ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਵਤਨ ਦੁਸ਼ਮਣ ਕਾਰਵਾਈਆਂ ਖਤਮ ਕਰਨ ਲਈ ਅਸੀਂ ਆਪਣੇ ਤਨ ਮਨ ਧਨ ਦੀ ਬਾਜ਼ੀ ਲਾਵਾਂਗੇ। ਦੇਸ਼ ਦਾ ਨੁਕਸਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ। ਹਿੰਦੁਸਤਾਨ ਵਧੇ ਅਤੇ ਫੁੱਲੇ, ਪੰਜਾਬ ਤਰੱਕੀ ਕਰੇ, ਇਸ ਦੇ ਇਵਜ਼ ਦੇ ਵਿੱਚ ਸਾਨੂੰ ਇਸ ਦੇਸ਼ ਤੋਂ ਕੁਝ ਨਹੀਂ ਚਾਹੀਦਾ। ਸੋ ਅੱਜ ਸਾਡੇ ਲਈ ਅੱਜ ਨਿਹਾਇਤ ਖੁਸ਼ੀ ਅਤੇ ਮੁਸਰਤ ਦਾ ਮੁਕਾਮ ਹੈ। ਇੱਕ ਨਵੀਂ ਪੀੜ੍ਹੀ, ਇੱਕ ਨਵੀਂ ਨਸਲ ਜਿਹੜੀ ਹੈ ਉਹਦੇ ਹੱਥਾਂ 'ਚ ਕਾਂਗਰਸ ਪਾਰਟੀ ਦੀ ਡੋਰ ਜਿਹੜੀ ਹੈ ਉਹ ਜਾ ਰਹੀ ਹੈ। ਸੋ ਮੈਂ ਤਮਾਮ ਪੰਜਾਬੀਆਂ ਵੱਲੋਂ ਇਸ ਮੌਕੇ 'ਤੇ ਕਾਂਗਰਸ ਪਾਰਟੀ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਪੇਸ਼ ਕਰਦਾ। ਸਰ, ਬੀਜੇਪੀ ਦਾ ਕਹਿਣਾ ਹੈ ਕਿ ਕਾਂਗਰਸ ਇੱਕ ਫੈਮਿਲੀ ਕੀ ਪਾਰਟੀ ਹੈ ਔਰ ਉਸੀ ਕਾ ਅਧਿਕਾਰ ਬਣਨਾ ਤੈਅ ਹੈ। ਸਭ ਪਹਿਲੀ ਬਾਤ ਤਾਂ ਇਹ ਹੈ ਕਿ ਬੀਜੇਪੀ ਕਾ ਇਸਸੇ ਕੋਈ ਤਲਕ ਨਹੀਂ ਹੈ ਕਿ ਕਾਂਗਰਸ ਕਿਸਕੋ ਪ੍ਰਧਾਨ ਬਣਾਤੀ ਹੈ, ਨਾ ਕਾਂਗਰਸ ਨੇ ਕਭੀ ਬੀਜੇਪੀ ਕਿਸਕੋ ਬਣਾਤੀ ਹੈ, ਉਨਕੇ ਕਾਰਿਆਕਰਤਾ ਕੌਣ ਹੈ, ਉਸਸੇ ਕਭੀ ਤਲਕ ਰੱਖਾ ਹੈ। ਪਰ ਇੱਕ ਤਵੀਲ ਸ਼ਹਾਦਤੋਂ ਕੀ ਕੁਰਬਾਨੀਓਂ ਕੀ ਰਾਹੁਲ ਸਾਹਿਬ ਔਰ ਉਨਕੇ ਖਾਨਦਾਨ ਕਾ ਇੱਕ ਪਿਛੋਕੜ ਹੈ। ਔਰ ਸ਼ਾਇਦ ਆਪਕੇ ਸੁਣਨੇ ਵਾਲੇ ਸ਼ਾਇਦ ਇਸ ਬਾਤ ਕੋ ਯਾਦ ਵੀ ਨਹੀਂ ਰਹਿਤਾ ਕਈ ਵਾਰ ਕਿ ਪੰਡਿਤ ਮੋਤੀ ਲਾਲ ਨਹਿਰੂ ਜੋ ਥੇ ਉਨਕੀ ਰੋਜ਼ ਕੀ ਹਾਈਕੋਰਟ ਕੇ ਵਕੀਲ ਥੇ, ਰੋਜ਼ ਕੀ 4000 ਰੁਪਏ ਕੀ ਰੋਜ਼ ਕੀ ਪ੍ਰੈਕਟਿਸ ਥੀ ਅਲਾਹਾਬਾਦ ਹਾਈਕੋਰਟ ਮੇਂ, ਜਬ ਸੋਨੇ ਕੀ ਕੀਮਤ 8 ਰੁਪਏ ਤੋਲਾ ਹੋਤੀ ਥੀ। ਸਭ ਕੁਛ ਛੋੜ ਕੇ ਉਹ ਕਾਂਗਰਸ ਪਾਰਟੀ ਉਹਨੇ ਉਨਮੇਂ ਸ਼ਾਮਿਲ ਹੋਏ, ਉਸਕੋ ਤਿਆਰ ਕੀਆ, ਅੰਗਰੇਜ਼ ਕੀ ਲਾਠੀਆਂ ਖਾਈ। ਹਾਲਾਂਕਿ ਵਾਈਸ ਰਾਏ ਕੇ ਸਾਥ ਇਤਨੀ ਦੋਸਤੀ ਥੀ ਕਿ ਹਰ ਦੂਸਰੇ ਦਿਨ ਉਨਕੇ ਸਾਥ ਖਾਣਾ ਖਾਤੇ ਥੇ। ਅੱਜ ਕੱਲ੍ਹ ਤੋ ਕਿਸੀ ਕੀ ਥਾਣੇਦਾਰ ਕੇ ਸਾਥ ਯਾਰੀ ਪੜ ਜਾਏ, ਥਾਣੇਦਾਰ ਕੀ ਯਾਰੀ ਨਹੀਂ ਛੋੜਤਾ, ਵਾਈਸ ਰਾਏ ਕੀ ਯਾਰੀ ਛੋੜ ਦੀ। ਸੋ ਮੁਝੇ ਲਗਤਾ ਹੈ ਰਾਹੁਲ ਸਾਹਿਬ ਕੀ ਇੱਕ ਪੈਨ ਇੰਡੀਆ ਪਹਿਚਾਨ ਹੈ ਔਰ ਉਨਕੋ ਲੋਕ ਪਹਿਚਾਨਤੇ ਹੈ। ਔਰ ਮੈਂ ਸਮਝਤਾ ਹੂੰ ਇੱਕ ਨਈ ਜਨਰੇਸ਼ਨ ਕੇ ਲੀਏ ਯੇ ਹਮਾਰੇ ਲੀਏ ਤੋ ਬਹੁਤ ਨਿਹਾਇਤ ਖੁਸ਼ੀ ਕਾ ਮੌਕਾ ਹੈ ਕਿ ਇੱਕ ਨੌਜਵਾਨ ਕੇ ਹੱਥ ਮੇਂ ਕਾਂਗਰਸ ਕੀ ਕਿਆਦਤ ਆ ਰਹੀ ਹੈ ਔਰ ਪਰਮਾਤਮਾ ਕਰੇ ਕਿ ਇਸ ਇਮਤਿਹਾਨ ਮੇਂ ਵੋ ਪਾਸ ਹੋ। ਸਰ, ਆਖਰੀ ਸਵਾਲ ਆਪਸੇ ਕਿ ਕਿਆ ਗੁਜਰਾਤ ਦਾ ਜੋ ਵੀ ਨਤੀਜਾ ਹੋਗਾ ਵੋ ਯੇ ਮਾਨਾ ਜਾਏਗਾ ਕਿ ਰਾਹੁਲ ਜੀ ਕੀ ਵਜ੍ਹਾ ਸੇ? ਸਭ ਰਾਜਨੀਤੀ ਜੋ ਹੋਤੀ ਹੈ ਯੇ ਇੱਕ ਟੀਮ ਗੇਮ ਹੋਤੀ ਹੈ। ਰਾਹੁਲ ਜੀ ਉਸ ਟੀਮ ਕੇ ਕੈਪਟਨ ਹੈ ਪਰ ਉਸ ਟੀਮ ਕੇ ਹਮ ਵੀ ਖਿਡਾਰੀ ਹੈ। ਸੋ ਬੜੇ ਕਾਂਗਰਸ ਪਾਰਟੀ ਨੇ ਅਰੂਜ ਦੇਖੇ ਹੈ, ਬੜੇ ਜ਼ਵਾਲ ਦੇਖੇ ਹੈ, ਤੋ ਅਗਰ ਹਾਰੇ ਤੋ ਸਾਰੇ ਹਾਰੇਂਗੇ, ਜੀਤੇ ਤੋ ਸਾਰੇ ਜੀਤੇਂਗੇ। ਧੰਨਵਾਦ।